ਉੱਤਰੋ ਫਾਈਨਲੀ ਜਦੋਂ ਮੈਂ ਮੋਟਰਸਾਈਕਲ ਤੇ ਹੁੰਦਾ ਉਦੋਂ ਤਾਂ ਮੈਂ ਗਲੀਆਂ ਗੁਲੀਆਂ ਵਿੱਚੋਂ ਨਿਕਲ ਜਾਂਦੇ ਆ ਤੇ ਹੁਣ ਗੱਡੀ ਸੀਗੀ ਤਾਂ ਕਰਕੇ ਫਿਰ ਰੋਡ ਤੋਂ ਆਉਣਾ ਪੈ ਰਿਹਾ ਮੈਂ ਕਿਹਾ ਵੀ ਚਲੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਗਲੀਆਂ ਸਾਰੀਆਂ ਖਰਾਬ ਹੁੰਦੀਆਂ ਯਾਰ ਫਾਈਨਲੀ ਜੂਸ ਆ ਗਿਆ ਹੁਣ ਮਿਲਦੇ ਆ ਸਿੱਧਾ ਜਾ ਕੇ ਘਰੇ ਮਿੱਤਰੋ ਆਪਣਾ ਜਿੰਮ ਲਈ ਬਹੁਤ ਵਧੀਆ ਇਹਨੂੰ ਕਹਿੰਦੇ ਆ ਸੱਤੂ ਮਦਦ ਕਰ ਮੇਰੇ ਲਈ ਲਿਆਂਦੇ ਨਾ चलो लग जाने है ना अंकल कि दो तीन दिन लग जाने है ना तीन चार पांच छह दिन लगन गए बाकी जो समान समून सी इधर का इधर करता जदू अपने को फुटी बाई फुटी पौड़ी पई भी फुटी आ एक आया सी बंदा सवेरे लैन तो पच्ची फुटी सी पच्ची जी सवेरे का टाइम हो रहा वा टोपी इस करके पई हुई है दुकान पर गया गट धुप बहुत ज्यादा वा गड्डी खड़ी सी गड्डी काफ़ी दिन हो गई घरे खड़ी आ मैं सोचा थोड़ा जहा गेड़ा गुड़ा कढ़ लिए इतने तो उधर जाना बचा देने क्योंकि उधर बंदे लगे हुए प्लाट च तो काम चलता वा थोड़ा जहा तो आप सोचा भी चलो ब्लॉगिंग नहीं हुई है कि टाइम नहीं लगे है उस तो बाद थोड़ा जहा कम पै गया उधर वो करना पै गया तो करके ब्लॉगिंग टाइम नहीं लगे है सो हम आप चाह वगैरह देने चले सके मैं क्या नाल ही ब्लॉगिंग वगैरह चालू कर लें कोई गड्डी गड्डी सी हूँ चल दें चाह चू देना फाइनली शर्ट वगैरह बदल ली हूँ चल दसता त्रोपल लेके चलने रोटी वगैरह चलिए भी निकलिए यार एक मिनट यार चप्पल टेक नहीं करे कुछ टेकता इतनी रखना पैना भावा मित्रों फाइनली बह गए हैं पर यार अगे ना वह आ मुझे ट्राली खड़ी आ देखना पैना वा कंघा यार देखो इतें पिया मेरा चा काफ़ी दिनों का इतें ही मैं रख दिना हूं मित्रों फाइनली आप जा रहे हैं जाके चाह वगैरह फड़ाइए चाह वगैरह फड़ा के निकलते चाह फड़ाने चाह फड़ा के फिर कहने आप आके थोड़े बहुत काम करने अच्छ बाइक भी सोचता मैं भी ठीक करा ला ये रस्ते उपड़ खपड़ बहुत आई यार इतने ਮਿੱਤਰੋ ਫਾਈਨਲੀ ਜਦੋਂ ਮੈਂ ਮੋਟਰਸਾਈਕਲ ਤੇ ਹੁੰਦਾ ਉਦੋਂ ਤਾਂ ਮੈਂ ਗਲੀਆਂ ਗੁਲੀਆਂ ਵਿੱਚੋਂ ਨਿਕਲ ਜਾਂਦੇ ਆ ਤੇ ਹੁਣ ਗੱਡੀ ਸੀਗੀ ਤਾਂ ਕਰਕੇ ਫਿਰ ਰੋਡ ਤੋਂ ਆਉਣਾ ਪੈ ਰਿਹਾ ਮੈਂ ਕਿਹਾ ਵੀ ਚਲੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਗਲੀਆਂ ਸਾਰੀਆਂ ਖਰਾਬ ਹੁੰਦੀਆਂ ਯਾਰ ਤੇ ਤਾਂ ਕਰਕੇ ਮੈਂ ਕਿਹਾ ਚਲੋ ਵੀ ਹੁਣ ਫਿਰ ਚੱਲਦੇ ਹਾਂ ਮੈਂ ਵੀ ਤਾਂ ਗੱਡੀ ਮੈਂ ਕਿਹਾ ਅੱਜ ਕਾਫੀ ਦਿਨ ਹੋ ਗਏ ਸੀਗੇ ਰੱਖੜੀ ਤੋਂ ਬਾਅਦ ਫਿਰ ਅੱਜ ਗੱਡੀ ਆ ਤੇ ਹੁਣ ਮੈਂ ਕਿਹਾ ਚਲੋ ਚੱਲਦੇ ਹਾਂ ਵੀ ਨਾਲੇ ਚਲੋ ਗੇੜਾ ਨਿਕਲ ਜੂਗਾ ਨਾਲੇ ਗੱਡੀ ਥੋੜ੍ਹੀ ਜਿਹੀ ਗਰਮ ਹੋ ਜੂਗੀ ਕਿਉਂਕਿ ਹੈਗੀ ਗੱਡੀ ਵੀ ਡੀਜ਼ਲ ਆ ਜੇ ਪੈਟਰੋਲ ਹੋਵੇ ਨਾ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਇੱਧਰ ਪਹੁੰਚਿਆ ਇੰਨੀ ਕਰਨੀ ਅੰਕਲ ਜੀ ਕਹਿੰਦਾ ਬਸ ਪੂਰੀਆਂ ਹੋ ਗਈਆਂ ਨਾ ਅੰਕਲ ਹਾਂ ਆਹ ਬੜੀਆਂ ਰਹਿ ਗਈਆਂ ਬਸ ਇੱਧਰਲੀਆਂ ਕੰਧਾਂ ਰਹਿ ਗਈਆਂ ਅੱਜ ਬੰਦੇ ਘੱਟ ਲੱਗੇ ਨਾ ਹੈ ਅੱਛਾ ਟੈਂਕਰ ਮੰਗਾਉਣਾ ਪੈਣਾ ਹੁਣ ਠੀਕ ਆ ਸੋ ਇਸ ਸਾਈਡ ਪਹਿਲਾਂ ਸ਼ੈੱਡ ਸੀਗਾ ਤੁਸੀਂ ਪਹਿਲੇ ਪਿਛਲੇ ਵਲੌਗ ਦੇਖਿਆ ਹੋਣਾ ਤੇ ਉਹ ਸ਼ੈੱਡ ਢਾਤਾ ਉਹਦੀਆਂ ਇੱਟਾਂ ਨੇ ਇਹ ਸ਼ੈੱਡ ਦੀਆਂ ਹੈ ਨਾ ਜਿਹੜੇ ਕੋਲਾ ਉਹ ਮਤਲਬ ਕਿ ਉਹ ਪਿੱਲਰ ਪਾਇਆ ਹੋਇਆ ਸੀਗਾ ਚਲੋ ਲੱਗ ਜਾਣੇ ਹੈ ਨਾ ਅੰਕਲ ਕਿੰਨਾ ਦੋ ਤਿੰਨ ਦਿਨ ਲੱਗ ਜਾਣੇ ਹੈ ਨਾ ਤਿੰਨ ਚਾਰ ਪੰਜ ਛੇ ਦਿਨ ਲੱਗਣਗੇ ਹਾਂਜੀ ਰੋਸ਼ਨਦਾਨ ਵੀ ਬਣਾਉਣਾ ਨਾ ਦੋਨਾਂ ਤੇ ਹੀ ਪਾਉਂਗੇ ਕਿਉਂਕਿ ਮਾੜੀ ਮੋਟੀ ਹਵਾ ਵੀ ਹੋਣੀ ਚਾਹੀਦੀ ਹੈ ਨਾ ਫਿਰ ਨਹੀਂ ਤਾਂ ਹੁੰਮਸ ਹੋ ਜਾਂਦੀ ਬਾਹਲੀ ਜ਼ਿਆਦਾ ਗਰਮੀ 'ਚ ਤਾਂ ਗਰਮੀ 'ਚ ਤਾਂ ਬਾਹਲਾ ਔਖਾ ਹੋ ਜਾਂਦਾ ਵਾ ਅਤੇ ਕਹੀ ਦੋ ਹੀ ਕਮਰੇ ਆ ਬਸ ਵਿੱਚ ਬਰਾਂਡਾ ਬਾਕੀ ਜਿਹੜਾ ਸਮਾਨ ਸਮੂਨ ਸੀਗਾ ਇੱਧਰ ਦਾ ਇੱਧਰ ਕਰਤਾ ਅਤੇ ਜਦੋਂ ਆਪਣੇ ਕੋਲ ਉਹ ਫੁੱਟੀ ਬਾਈ ਫੁੱਟੀ ਪੌੜੀ ਪਈ ਆ
20 ਫੁੱਟੀ ਆ ਇੱਕ ਆਇਆ ਸੀ ਬੰਦਾ ਸਵੇਰੇ ਲੈਣ ਤੋ 25 ਫੁੱਟੀ ਸੀਗੀ 25 ਫੁੱਟੀ ਕੱਲ ਭੇਜਤੀ ਅੱਜ ਭੇਜੀ ਸਵੇਰੇ ਉਹਨੇ ਇੱਕ ਦੋ ਪੌੜੀਆਂ ਇੱਧਰ ਵੀ ਦੋ ਚਾਹੀਦੀਆਂ ਵੱਡੀਆਂ ਵੱਡੀਆਂ ਕਿ ਆਵੇ ਮਾਰ ਕੇ ਜਲਦੀ ਪਣੀ ਆ ਸੋ ਗਾਇਸ ਗੱਡੀ ਆਪਾਂ ਇੱਧਰ ਖੜਾਈਆ डिबेट दादू नूं देती आ चाह देती नाले रोटी फड़ाती पसीना बड़ा आउंदा इक ते हुण आपां चलदे आ सिद्धा घरे ते दूजी गल इह आ यार मेरी चप्पल दा स्टैपल टुट गया ते हुण मैनूं नंगे पैरी करना पै रिहा भाई चलो शुकर आ भी गड्डी च आए सीगे जे ना आउंदे तां फिर चप्पलां हत्थ च फड़ के लैके जाणियां पैणियां सी चप्पल दा स्टैपल नहीं ऐन मौके ते उतरे आ हैं जी मित्रों फाइनली आपां जा रहे हैं सीधा घर नूं मम्मा लई रहना जूस राह च पहलां जूस लै लिए मैनूं भी हुणी याद आया यार भी जूस लैना राह च इधर करा रहे हैं जूस मम्मा लई ते मम्मा लई जूस करा के फिर चलते हैं ते बस खड़े हैं ਕਰੀਏ ਨੇ ਟਾਈਮ ਪਾਸ ਹੀ ਕਰਨਾ ਫਾਈਨਲੀ ਜੂਸ ਆ ਗਿਆ ਹੁਣ ਮਿਲਦੇ ਹਾਂ ਸਿੱਧਾ ਜਾ ਕੇ ਘਰੇ ਕੰਨ ਦੇ ਲਿਆ ਕੇ ਅੰਦਰ ਹੀ ਕਰਤੀ ਆ ਕਿਉਂਕਿ ਗੇੜਾ ਜਿਹਾ ਕੱਢਣਾ ਸੀਗਾ ਗਰਮ ਕਰਨੀ ਸੀ ਗੱਡੀ ਉਹ ਕਰ ਲਈ ਆਪਾਂ ਅਤੇ ਹੁਣ ਬਸ ਚੱਲਦੇ ਹਾਂ ਅੰਦਰ ਮੰਮਾ ਜੀ ਨੂੰ ਜੂਸ ਪੀਣਗੇ ਆਰਾਮ ਨਾਲ ਸਵਾਦ ਰਹਿਣਗੇ ਹੁਣ ਆਪਾਂ ਚੱਲੇ ਹਾਂ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਠੀਕ ਕਰਾਉਣ ਅਤੇ ਇਹ ਬਾਈਕ 'ਤੇ ਜਾਵਾਂਗੇ ਨਾਲ ਵੀਰਾ ਹੈਗਾ ਵਾ ਜਿਹੜਾ ਕੰਮ ਕਰਦਾ ਵਾ ਅਤੇ ਉਹ ਆ ਬਾਈਕ ਲੈ ਲੈਣਗੇ ਫਿਰ ਇਹਨੂੰ ਧੱਕਾ ਮਾਰ ਕੇ ਲੈ ਕੇ ਜਾਵਾਂਗੇ ਤਾਂ ਉੱਥੇ ਤੱਕ ਪਹੁੰਚੂਗੀ ਨਹੀਂ ਤਾਂ ਫਿਰ ਇਹਨੂੰ ਰੋੜ ਕੇ ਲੈ ਕੇ ਜਾਣਾ ਪੈਣਾ ਵਾ ਸਟੋਰ ਕੇ ਸੋ ਜਾਣਾ ਵੀ ਥੋੜ੍ਹਾ ਜਿਹਾ ਦੂਰ ਆ 2-3 ਕਿਲੋਮੀਟਰ ਹੈਗਾ ਦੂਰ ਤਾਂ ਕਰਕੇ ਇੱਥੋਂ ਦੀ ਧੱਕਾ ਮਾਰ ਕੇ ਲੈ ਕੇ ਚੱਲਦੇ ਹਾਂ ਸਿੱਧੇ ਹੋ ਜਾਂਦੇ ਆ ਮਕੈਨਿਕ ਕੋਲ ਆ ਕੇ ਮੋਟਰਸਾਈਕਲ ਸਿੱਧੇ ਹੋ ਜਾਂਦੇ ਆ ਹੈ ਚਲੋ ਘਰੇ ਜਿਵੇਂ ਸਟਾਰਟ ਨਹੀਂ ਹੋਇਆ ਹੈਗਾ ਇੱਥੇ ਆ ਕੇ ਸਟਾਰਟ ਹੋਇਆ ਇਹ ਫਾਲਤੂ ਦਾ ਬਿਲਕੁਲ ਉਹੀ ਤਾਂ ਗੱਲ ਆ ਮੈਂ ਵੀ ਉਸ ਹਿਸਾਬ ਨਾਲ ਸੀ ਮੈਂ ਕਿਹਾ ਸ਼ਾਇਦ ਵੀ ਕਲੱਚ ਪਲੇਟ ਹਜੇ ਤਾਂ ਮੈਂ ਲੈ ਕੇ ਆਉਣ ਲੱਗਿਆ ਸੀਗਾ ਫਿਰ ਡੈਡੀ ਕਹਿੰਦੇ ਕਹਿੰਦੇ ਕਿ ਵੀ ਪਹਿਲਾਂ ਜਾ ਕੇ ਖਲਾ ਲਾ ਮੋਟਰਸਾਈਕਲ ਫਿਰ ਜਾ ਕੇ ਕਰ ਲਈ ਉਹ ਤੁਸੀਂ ਦੱਸਿਆ ਹੁਣ ਵੀ ਚਲੋ ਕਰਨ ਵਾਲਾ ਵਾ ਕਿਉਂਕਿ ਪਹਿਲਾਂ ਉਸ ਦਿਨ ਵੀਰੇ ਨੇ ਵੀ ਦੱਸਿਆ ਸੀ ਨਾ ਕਹਿੰਦੇ ਕਲੱਚ ਪਲੇਟਾਂ ਪੈਣ ਵਾਲੀਆਂ ਨੇ ਫਾਈਨਲੀ ਆਪਾਂ ਮੋਟਰਸਾਈਕਲ ਸੈੱਟ ਕਰਾ ਲਿਆ ਸਾਰਾ ਓਕੇ ਹੋ ਚੁੱਕਿਆ ਵਾ ਅਤੇ ਹੁਣ ਬਸ ਇੱਕ ਕੰਮ ਰਹਿੰਦਾ ਇਹਦਾ ਉਹ ਰਹਿੰਦਾ ਵਾ ਇਹਦੀ ਬੈਟਰੀ ਪਵਾਉਣ ਵਾਲਾ ਜੇ ਬੈਟਰੀ ਪਵਾ ਲਈ ਇਹਦਾ ਹੋਰਨ ਵਗੈਰਾ ਸਾਰਾ ਕੁਝ ਚੱਲ ਪੈਣਾ ਵਾ ਅਤੇ ਹਜੇ ਉਹ ਚੀਜ਼ਾਂ ਨਹੀਂ ਚੱਲਦੀਆਂ ਪਈਆਂ ਨੇ ਉਹਦਾ ਰੀਜ਼ਨ ਕੀ ਆ ਹੋਰਨ ਮਤਲਬ ਕਿ ਜਿਹੜੀ ਬੈਟਰੀ ਆ ਉਹ ਜਮ੍ਹਾਂ ਹੀ ਡਾਊਨ ਹੋਈ ਪਈ ਆ ਜਦੋਂ ਕੰਪਨੀ 'ਚ ਆਇਆ ਸੀ ਉੱਦਾਂ ਹੀ ਪਈ ਆ ਬੈਟਰੀ ਉੱਦਾਂ ਮਤਲਬ ਕਿ ਉੱਦਾਂ ਦੀ ਹੋਈ ਪਈ ਆ ਅਤੇ ਹੁਣ ਬੈਟਰੀ ਬਾਰੇ ਪੁੱਛਦੇ ਦੁਕਾਨ ਤੋਂ ਕਿੱਦਾਂ ਹੈਗੀ ਆ ਕਿੱਦਾਂ ਮਿਲੂ ਮਤਲਬ ਤੇਲ ਪਵਾ ਕੇ ਅੜਿਆ ਫਾਈਨਲੀ ਤੇਲ ਤੂਲ ਪਵਾ ਕੇ ਸਰਵਿਸ ਵਗੈਰਾ ਕਰਾ ਕੇ ਆ ਗਏ ਹਾਂ ਅਤੇ ਹੁਣ ਇੱਥੇ ਕੁਛ ਪੀਣ ਦਾ ਮਨ ਕਰ ਰਿਹਾ ਜੀ ਮੈਂ ਕਿਹਾ ਚਲੋ ਜੂਸ ਜਿਹਾ ਪੀ ਲਈਏ ਮਿੱਤਰੋ ਆਪਣਾ ਜਿੰਮ ਲਈ ਬਹੁਤ ਵਧੀਆ ਇਹਨੂੰ ਕਹਿੰਦੇ ਆ ਸੱਤੂ ਫਾਈਨਲੀ ਘਰੇ ਆ ਗਏ ਸੀਗੇ ਘਰੇ ਆ ਕੇ ਸ਼ਾਮ ਦਾ ਟਾਈਮ ਹੋ ਰਿਹਾ ਆ ਕੇ ਸੋ ਗਿਆ ਸੀਗਾ ਸੋ ਕੇ ਅਤੇ ਹੁਣੇ ਉੱਠਿਆ ਵਾ ਉੱਠ ਕੇ ਆਪਾਂ ਚੱਲਿਆ ਜਿੰਮ ਜਾਣਾ ਵਾ
ਤੇ ਯਾਰ ਇੱਕ ਨਾ ਮਤਲਬ ਕਿ ਮੈਂ ਸੋਤਾ ਪਿਆ ਸੀਗਾ ਵੜਦੇ ਕੀੜੀਆਂ ਲੜ ਗਈਆਂ ਆ ਕੇ ਅਤੇ ਦਾਗ ਮਤਲਬ ਕਿ ਦਾਗ ਕਹਿੰਦਾ ਮਤਲਬ ਕਿ ਧੱਪੜ ਜਿਹੇ ਹੋ ਗਏ ਪਿੱਠ 'ਤੇ ਅਤੇ ਬੜਾ ਔਖਾ ਕਰਿਆ ਪਿਆ ਯਾਰ ਗਰਮੀ ਨੇ। ਮੈਂ ਕੁਛ ਖਾਧਾ ਸੀਗਾ, ਮੰਜੇ 'ਤੇ ਪਿਆ ਸੀਗਾ, ਕੁਛ ਖਾਧਾ ਸੀਗਾ, ਮੰਜੇ ਦੇ ਭਰਾ ਕੀੜੀਆਂ ਆ ਕੇ ਲੜ ਗਈਆਂ, ਸਿੱਧਾ ਕਤਲ ਕੀਤਾ ਮੇਰਾ। ਚਲੋ ਹੁਣ ਚੱਲਦੇ ਹਾਂ, ਜੇ ਮੈਂ ਨਿਕਲਦਾ ਜਸਵਿੰਦਰ ਲੈ ਕੇ ਗਿਆ ਬਾਈਕ, ਅਤੇ ਬਸ ਜਸਵਿੰਦਰ ਨੂੰ ਬਾਈਕ ਜਸਵਿੰਦਰ ਲੈ ਕੇ ਗਿਆ ਹੋਇਆ ਵਾ, ਅਤੇ ਰੈਡੀ ਸ਼ੈਡੀ ਆਪਾਂ ਹੋਏ ਹੋਏ ਹਾਂ ਜੀ। ਮਿੱਤਰੋ ਫਾਈਨਲੀ ਹੁਣ ਆਪਾਂ ਜਾ ਰਹੇ ਹਾਂ ਸਿੱਧਾ ਜੱਸ ਕੋਲੇ, ਫਿਰ ਉਸ ਤੋਂ ਬਾਅਦ ਜਾਣਾ ਜਿੰਮ, ਜਿੰਮ ਜਾ ਕੇ ਲਾਵਾਂਗੇ ਵਰਕਆਊਟ, ਵਰਕਆਊਟ ਲਾ ਕੇ ਜਿਹੜੇ ਕੰਮ ਕਰਨ ਵਾਲੇ ਉਹ ਕਰਾਂਗੇ, ਬਾਕੀ ਦੇਖਦੇ ਹਾਂ ਬਣੇ ਰਹੋ ਵਲੌਗ ਦੇ ਨਾਲ। ਆਪਾਂ ਇਸ ਸਾਈਡ ਥੋੜ੍ਹਾ ਕਨਾਲ ਰੋਡ ਵੱਲ ਘੁੰਮਣ ਆਏ ਸੀਗੇ, ਕਿ ਉਹ ਰੀਜ਼ਨ ਕੀ ਆ ਵੀ ਪਿਛਲੀ ਵਾਰੀ ਆਪਾਂ ਜਦੋਂ ਗੱਡੀ ਫਸਟ ਟਾਈਮ ਇੱਥੇ ਲੈ ਕੇ ਆਏ ਸੀਗੇ ਜਦੋਂ ਵੀਡੀਓ ਸ਼ੂਟਿੰਗ ਕਰਨੀ ਸੀਗੀ, ਅਤੇ ਹੁਣ ਜਾ ਰਹੇ ਹਾਂ ਬਸ ਮਾੜਾ ਮੋਟਾ ਵਲੌਗ ਬਣਾਉਂਦੇ ਹੋਏ। ਮੈਂ ਕਿਹਾ ਨਾਲੇ ਜੱਸ ਨੂੰ ਮਿਲ ਜਾਂਦੇ ਹਾਂ, ਨਾਲੇ ਜਿਹੜਾ ਕੰਮ ਹੋਣ ਵਾਲਾ ਉਹ ਕਰ ਆਵਾਂਗੇ। ਚਲੋ ਫਾਈਨਲੀ ਹੁਣ ਆਪਾਂ ਜੱਸ ਨੂੰ ਮਿਲ ਕੇ ਹੁਣ ਜਾ ਰਹੇ ਹਾਂ ਸਿੱਧਾ ਜਿੰਮ ਨੂੰ, ਜਿੰਮ ਨੂੰ ਜਾ ਕੇ ਵਰਕਆਊਟ ਲਾਉਂਦੇ ਹਾਂ, ਵਰਕਆਊਟ ਲਾ ਕੇ ਫਿਰ ਦੇਖਦੇ ਹਾਂ। ਨਵੇਂ ਬਲੌਗਰ ਅੱਜ ਚੱਲ ਹੋ ਗਏ, ਹਾਂ ਆਪਣੇ ਆਪ ਤੋਂ ਦੁਖੀ ਬੜਾ ਹੋਇਆ ਫਿਰਦਾ। ਡਿਸਕਨੈਕਟ ਕਰ ਮੈਂ ਲਾਉਣਾ ਗਾਣੇ। ਭੋਰੀ ਜਾਂਦੇ ਆ ਕਮਲੀਆਂ, ਭੋਰੀ ਜਾਂਦੇ ਆ, ਬਸ ਹੋਰ ਇਹਨਾਂ ਨੇ ਕੀ ਕਰਨਾ। ਚੱਲ ਡਿਸਕਨੈਕਟ ਕਰ ਮੈਂ ਗਾਣੇ ਲਾਉਣਾ। ਫਾਈਨਲੀ ਆਪਣੀ ਬਾਈਸੈਪ ਅਤੇ ਚੈਸਟ ਵਰਕਆਊਟ ਲੱਗ ਗਈ ਆ, ਚੈਸਟ ਵਰਕਆਊਟ ਆਪਾਂ ਜ਼ਿਆਦਾ ਨਹੀਂ ਲਾਈ ਹੈਗੀ, ਚੈਸਟ ਵਰਕਆਊਟ ਘੱਟ ਲੱਗੀ ਆ ਕਿਉਂਕਿ ਥੋੜ੍ਹਾ ਜਿਹਾ ਮੇਰਾ ਹੱਥ ਸੀਗਾ ਉਹ ਹਿੱਲ ਗਿਆ, ਥੋੜ੍ਹਾ ਜਿਹਾ ਪ੍ਰੋਬਲਮ ਹੋ ਗਈ ਹੱਥ 'ਚ, ਤਾਂ ਕਰਕੇ ਆਪਾਂ ਜ਼ਿਆਦਾ ਵਰਕਆਊਟ ਨਹੀਂ ਲਾਈ ਹੈਗੀ, ਘੱਟ ਹੀ ਲਾਈ ਆ ਜੀ। ਮਿੱਤਰੋ ਫਾਈਨਲੀ ਵਰਕਆਊਟ ਵਗੈਰਾ ਲਾ ਕੇ ਹੁਣ ਨਿਕਲੇ ਹਾਂ ਬਾਹਰ, ਹੁਣ ਥੋੜ੍ਹਾ ਜਿਹਾ ਚੱਲਦੇ ਹਾਂ ਮਾਰਕੀਟ ਸਾਈਡ, ਉੱਥੇ ਹੀ ਮੈਂ ਘੁੰਮਣ ਜਾਣਾ ਬਾਕੀ। ਚੈਸਟ ਵਰਕਆਊਟ ਪੂਰੀ ਨਹੀਂ ਲਾਈ, ਉਹਦਾ ਰੀਜ਼ਨ ਕੀ ਸੀਗਾ ਯਾਰ, ਮੇਰਾ ਨਾ ਹੱਥ ਹਿੱਲ ਗਿਆ ਥੋੜ੍ਹਾ ਜਿਹਾ, ਉਹ ਤੁਸੀਂ ਖੱਪ ਵਗੈਰਾ ਕਰਦੇ ਵਿੱਚ ਵੀ ਮੁੰਡੇ, ਅਤੇ ਪੰਜਾ ਵਗੈਰਾ ਲਾ ਰਹੇ ਸੀਗੇ, ਸੋ ਮੇਰਾ ਜਿਹੜਾ ਹੈਂਡ ਸੀਗਾ ਉਹ ਗਲਤ ਤਰੀਕੇ ਨਾਲ ਰੱਖਿਆ ਗਿਆ ਅਤੇ ਉਹ ਮੁੜ ਗਿਆ ਹੱਥ, ਤਾਂ ਕਰਕੇ ਨਾ ਥੋੜ੍ਹਾ ਜਿਹਾ ਗੁੱਟ 'ਤੇ ਭਾਰ ਪੈ ਗਿਆ, ਉਸ ਕਰਕੇ ਉਹ ਪ੍ਰੈਕਟ ਬਲਕੇ ਲੱਗ ਨਹੀਂ ਰਹੀ ਸੀ ਵਰਕਆਊਟ ਲੱਗ ਨਹੀਂ ਰਹੀ ਸੀਗੀ। ਫਿਰ ਮੈਂ ਵਾਰਮ ਅਪ ਵਗੈਰਾ ਦੁਬਾਰਾ ਕੀਤੀ, ਦੁਬਾਰਾ ਲਾ ਕੇ ਫਿਰ ਹੁਣ ਦੁਬਾਰਾ ਵਰਕਆਊਟ ਸ਼ੁਰੂ ਕੀਤੀ, ਫਿਰ ਲਾਈਆਂ ਤਾਂ ਹੈਗੀਆਂ ਬਹੁਤ ਘੱਟ ਲੱਗੀਆਂ ਨੇ, ਪਰ ਕੱਲ੍ਹ ਤੋਂ ਰੂਟੀਨ ਚਾਲੂ ਹੋ ਜਾਣੀ ਆ, ਅੱਜ ਹੱਥ ਮੈਨੂੰ ਲੱਗ ਨਹੀਂ ਰਿਹਾ ਸੀ ਸੈੱਟ ਹੋਊਗਾ, ਬਟ ਹੁਣ ਹੱਥ ਸੈੱਟ ਹੋ ਚੁੱਕਿਆ ਵਾ। ਅਤੇ ਹੁਣ ਆਪਾਂ ਚੱਲਦੇ ਥੋੜ੍ਹਾ ਜਿਹਾ ਮਾਰਕੀਟ ਸਾਈਡ, ਦੇਖਦੇ ਜਸਵਿੰਦਰ ਵੀ ਗਿਆ ਹੋਇਆ ਬਾਜ਼ਾਰ, ਥੋੜ੍ਹੇ ਲੈਣੇ ਸੀਗੇ ਸ਼ੂਜ਼ ਸਕੂਲੀ। ਇੱਧਰੋਂ ਫਾਈਨਲੀ ਆਪਾਂ ਮਾਰਕੀਟ 'ਚੋਂ ਨਿਕਲ ਰਹੇ ਸੀਗੇ, ਅਤੇ ਹੁਣ ਚੱਲਦੇ ਹਾਂ ਘਰੇ ਜਾ ਕੇ ਕੁਛ ਬਣਾ ਕੇ ਖਾਂਦੇ ਹਾਂ। ਸੋ ਹਾਂਜੀ ਮਿੱਤਰੋ, ਫਾਈਨਲੀ ਗੋਲਗੱਪੇ ਵਗੈਰਾ ਖਾ ਕੇ ਮਨ ਕਰਿਆ ਅੱਜ ਗੋਲਗੱਪੇ ਖਾਣ ਦਾ, ਸੋ ਪਲੈਨ ਤਾਂ ਕੋਈ ਸੀਗਾ ਨਹੀਂ, ਅਤੇ ਫਿਰ ਵੀ ਚਲੋ ਮੈਂ ਕਿਹਾ ਖਾ ਲੈਂਦੇ ਹਾਂ, ਕਾਫੀ ਦਿਨਾਂ ਤੋਂ ਇਗਨੋਰ ਹੋ ਰਹੇ ਸੀ, ਅਤੇ ਹੁਣ ਆਪਾਂ ਚੱਲਦੇ ਹਾਂ ਸਿੱਧਾ ਘਰ ਨੂੰ, ਘਰੇ ਚੱਲਦੇ ਹਾਂ, ਘਰੇ ਜਾ ਕੇ ਡਾਈਟ ਬਣਾਉਂਦੇ ਹਾਂ, ਡਾਈਟ ਬਣਾ ਕੇ ਆਰਾਮ ਕਰਦੇ ਹਾਂ। ਅੱਜ ਬਹੁਤ ਟਾਈਮ ਲੱਗ ਗਿਆ ਮੇਰੇ ਵੀਰੋ, ਬਹੁਤ ਟਾਈਮ ਲੱਗ ਗਿਆ ਅੱਜ, ਮਨ ਕਹਿੰਦੇ ਗਿੜਿਆ ਪਿਆ ਪੂਰਾ ਪੂਰਾ। ਸੋ ਮਿਲਦੇ ਆ ਗਾਇਸ, ਮਿਲਦੇ ਆ ਮਦਦ ਕਰੋ ਮੇਰੇ ਲਈ, ਲਿਆਂਦੇ ਨਾ ਆ ਚੇਲੇ ਨੂੰ ਭੇਜਿਆ ਸੀ ਮੈਂ ਲਿਆਉਣ ਦੇ ਲਈ ਚੀਜ਼ਾਂ, ਬੂਟ ਲੈਣ ਦੇ ਲਈ। ਮੈਨੂੰ ਕਿਹਾ ਤੂੰ ਸਕੂਲ ਵਾਲੇ ਲੈ ਕੇ ਆਉਣੇ ਆ, ਮੈਂ ਆਪਣੇ ਵਾਸਤੇ ਲੈ ਕੇ ਆਉਣਾ।
ਤੇ ਸਕੂਲ ਵਾਲੇ ਵੀ ਤਾਂ ਆਪਣੇ ਵਾਸਤੇ ਹੀ ਲੈ ਕੇ ਆਣੇ ਸੀ ਹੋਰ ਕਿਹੜਾ ਨਹੀਂ ਤੂੰ ਮੈਨੂੰ ਕੀ ਕਿਹਾ ਮੈਂ ਸਕੂਲ ਵਾਲੇ ਲੈ ਕੇ ਆਉਣੇ ਆ ਹੈ ਓਏ ਠੀਕ ਆ ਠੀਕ ਨਾ ਗਲਤ ਆ ਪਹਿਲਾਂ ਠੀਕ ਨਾ ਮੈਂ ਗਲਤ ਹੈ